ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੋਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅਪਡੇਟ ਦੇਣ ਲੱਗੇ ਹਾਂ ਜਿਹੜੀ ਹਾਈ ਕੋਰਟ ਦੇ ਵਿੱਚ ਭਰਤੀ ਹੈ ਸੀ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ PN ਦੀ ਭਰਤੀ ਸੀਗੀ, 300 ਪੋਸਟਾਂ PN ਦੀਆਂ। ਤਾਂ ਉਹਦੇ ਸੰਬੰਧੀ ਆਪਾਂ ਵੀਡੀਓ ਅਪਲੋਡ ਕੀਤੀ ਸੀ, ਤਾਂ ਉਹਦੇ 'ਤੇ ਕਾਫੀ ਕੈਂਡੀਡੇਟਸ ਦਾ ਵਧੀਆ ਰਿਸਪੋਂਸ ਆਇਆ ਅਤੇ ਕਾਫੀ ਕਮੈਂਟਸ ਆਏ ਆ। ਤਾਂ ਇਸ ਵੀਡੀਓ 'ਚ ਉਹਨਾਂ ਕਮੈਂਟਸ 'ਤੇ ਆਪਾਂ ਆਂਸਰ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਬਾਕੀ ਕੈਂਡੀਡੇਟਸ ਨੂੰ ਵੀ ਪਤਾ ਚੱਲ ਜੇ ਜੋ ਵੀ ਮਾੜੀ ਮੋਟੀ ਅਪਡੇਟ ਹੁੰਦੀ ਹੈ ਉਹਦੇ ਰਿਗਾਰਡਿੰਗ। ਬਾਕੀ ਇੱਕ ਜਿਹੜਾ ਕੁਆਲੀਫਿਕੇਸ਼ਨ ਦੇ ਰਿਲੇਟਡ ਵੀ ਚੱਲ ਰਿਹਾ, ਉਹਦੀ ਵੀ ਤੁਹਾਨੂੰ ਆਪਾਂ ਕਲੀਅਰ ਕੱਟ ਇਸ ਵੀਡੀਓ 'ਚ ਦੱਸਾਂਗੇ, ਠੀਕ ਹੈ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਤਾਂ ਸਭ ਤੋਂ ਪਹਿਲਾ ਕਮੈਂਟ ਬੜਾ ਪੋਜ਼ਿਟਿਵ ਕਮੈਂਟ ਆਇਆ ਜੀ, ਵਧੀਆ ਜਾਣਕਾਰੀ ਬੇਟਾ ਦਿੱਤੀ ਤੁਸੀਂ, ਤਾਂ ਬਹੁਤ ਬਹੁਤ ਧੰਨਵਾਦ ਜੀ। ਇਹਦਾ ਮਤਲਬ ਕਿ ਸਿਆਣੇ ਵੀ ਸਾਡੀ ਜਿਹੜੀ ਵੀਡੀਓ ਆਪਣੀ ਦੇਖਦੇ ਆ, ਠੀਕ ਹੈ। ਅਤੇ ਉਸ ਤੋਂ ਬਾਅਦ ਜੀ, ਇਹੋ ਜਿਹੀਆਂ ਮੱਥਾ ਪੱਟੀ ਨਹੀਂ ਕੌਣ ਦਿੰਦੇ ਇਹਨਾਂ ਨੂੰ, ਹੁਣ ਗ੍ਰੈਜੂਏਸ਼ਨ ਵਾਲਾ ਨਹੀਂ ਅਪਲਾਈ ਕਰ ਸਕਦਾ, ਤਾਂ ਇਹਦੇ ਸੰਬੰਧੀ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਗ੍ਰੈਜੂਏਸ਼ਨ ਵਾਲਾ ਕਿਉਂ ਨਹੀਂ ਅਪਲਾਈ ਕਰ ਸਕਦਾ। ਅਤੇ ਉਸ ਤੋਂ ਬਾਅਦ 1450 ਪੁਲਿਸ ਵੈਕੈਂਸੀ, ਪੁਲਿਸ ਦੀਆਂ ਦੇਖੋ ਜੀ 2025 'ਚ ਪੋਸਟਾਂ ਆਉਣੀਆਂ ਨੇ, ਇਸ ਸਾਲ ਕੋਈ ਪੋਸਟ ਨਹੀਂ ਆਉਣੀ ਹੋਰ। ਵੀਰ ਜੀ, ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਬਹੁਤ ਬਹੁਤ ਧੰਨਵਾਦ ਜੀ। ਗੌਰਵ ਕੰਬੋਜ ਜੀ, ਸਰ ਮੇਰੀ ਕਾਸਟ BC ਹੈ, ਜਿਸਦਾ ਸਰਟੀਫਿਕੇਟ ਜੂਨ 23 ਵਿੱਚ ਅਪਲਾਈ ਕੀਤਾ ਸੀ ਡੋਮੀਸਾਈਲ ਸਰਟੀਫਿਕੇਟ, ਕੀ ਮੈਨੂੰ ਸਰ ਸਰਟੀਫਿਕੇਟ ਫੇਰ ਬਣਾਉਣੇ ਪੈਣਗੇ? 2023 'ਚ ਅਪਲਾਈ ਕੀਤਾ ਸੀ ਜੀ BC ਦਾ। ਦੇਖੋ, BC ਦਾ ਸਰਟੀਫਿਕੇਟ ਹੋ ਗਿਆ, ਡੋਮੀਸਾਈਲ ਦਾ ਹੋ ਗਿਆ 5 ਸਾਲ ਦੀ ਵੈਲਿਡਿਟੀ ਆ, ਅਤੇ 2023 'ਚ ਤਾਂ 28 ਤੱਕ ਤੁਹਾਡਾ ਉਹ ਚੱਲਣਾ, ਅਤੇ ਹਾਲੇ ਨਾਮ ਬਣਵਾਓ, ਹਾਲੇ ਤੁਹਾਡਾ 28 ਤੱਕ ਉਹ ਚੱਲੇਗਾ। ਸਰ ਜੀ, ਸਿਰਫ ਡਿਸੇਬਿਲਟੀ ਬੈਕਲੋਗ ਦੀਆਂ ਅਸਾਮੀਆਂ ਕਦ ਆਉਣਗੀਆਂ? ਦੇਖੋ ਜੀ, ਸਪੈਸ਼ਲ ਅਸਾਮੀਆਂ ਜੇ ਬੈਕਲੋਗ ਡਿਸੇਬਿਲਟੀ ਦੀ ਗੱਲ ਕਰੀਏ ਆਉਣੀਆਂ ਜ਼ਰੂਰ ਹੈ, ਠੀਕ ਹੈ, ਬਟ ਹਾਲੇ ਉਹਨਾਂ 'ਤੇ ਟਾਈਮ ਲੱਗ ਜਾਣਾ। ਇਸ ਕਰਕੇ ਇਹਦੇ 'ਚ ਵੀ ਬੈਕਲੋਗ, ਇਹਦੇ 'ਚ ਵੀ ਡਿਸੇਬਿਲਟੀ ਦੀਆਂ ਅਸਾਮੀਆਂ ਹੈਗੀਆਂ PWD ਦੀਆਂ, ਉਹ 'ਚ ਤੁਸੀਂ ਅਪਲਾਈ ਕਰ ਸਕਦੇ ਹੋ। ਔਨਲਾਈਨ ਕੈਸੇ ਫੋਰਮ ਫਿਲ ਹੋਗਾ, ਫੋਰਮ ਇਸ ਪਰ ਇੱਕ ਵੀਡੀਓ। ਦੇਖੋ ਜੀ, ਔਨਲਾਈਨ ਫੋਰਮ ਫਿਲ ਕਰਨਾ, ਤੁਸੀਂ ਗੂਗਲ 'ਤੇ ਜਾਓ, ਸਰਚ ਕਰੋ, ਉਹਨਾਂ ਦੀ ਵੈਬਸਾਈਟ ਮਿਲ ਜਾਣੀ ਆ, ਠੀਕ ਆ। ਉਸ ਤੋਂ ਬਾਅਦ YouTube 'ਤੇ ਅੱਜ ਕੱਲ੍ਹ ਕਾਫੀ ਵੀਡੀਓਜ਼ ਪੈ ਜਾਂਦੀਆਂ ਨੇ ਵੀ ਫੋਰਮ ਕਿਵੇਂ ਭਰਨਾ, ਤਾਂ ਉਹ ਤੁਸੀਂ YouTube 'ਤੇ ਕਿਸੇ ਨਾ ਕਿਸੇ ਚੈਨਲ 'ਤੇ ਉਹ ਵੀਡੀਓ ਦੇਖ ਸਕਦੇ ਹੋ ਫੋਰਮ ਕਿਵੇਂ ਭਰਨਾ। ਜੇ ਨਹੀਂ ਭਰਨਾ ਆ ਰਿਹਾ ਤਾਂ ਨੇੜੇ ਆਪਣੇ ਇੰਟਰਨੈਟ ਕੈਫੇ ਤੋਂ ਭਰਵਾ ਲਓ, ਠੀਕ ਹੈ। ਅਤੇ ਕੈਫੇ ਤੋਂ ਤਾਂ ਕਹਿ ਰਹੇ ਕਿਉਂਕਿ ਕਈ ਵਾਰ ਆਪਣੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਭਰਦੇ ਟਾਈਮ, ਫਿਰ ਉਹ ਬਾਅਦ ਦੇ ਵਿੱਚ ਦਿੱਕਤ ਆਉਂਦੀ ਹੈ ਉਸ ਚੀਜ਼ ਦੀ। ਸਰ ਜੀ, ਸਿਰਫ ਡਿਸੇਬਿਲਟੀ ਦੀਆਂ ਅਸਾਮੀਆਂ ਇਹ ਦੱਸਤਾ ਜੀ। ਸਰ, ਜਿਹੜੇ ਸਟੂਡੈਂਟ ਅਜੇ ਪਰਸੂ ਕਰ ਰਹੇ ਆ ਗ੍ਰੈਜੂਏਸ਼ਨ, ਅਤੇ ਜਿਨ੍ਹਾਂ ਦਾ ਲਾਸਟ ਈਅਰ ਹੈ ਗ੍ਰੈਜੂਏਸ਼ਨ ਦਾ, ਉਹ ਭਰ ਸਕਦੇ ਆ ਜੀ। ਦੇਖੋ ਜੀ, ਪਰਸੂ ਕਰ ਰਹੇ ਹੋ ਤੁਸੀਂ, ਉਹਨਾਂ ਨੇ ਜਦੋਂ ਪਹਿਲਾਂ ਹੀ ਲਿਖਤਾ ਵੀ ਮੈਕਸਿਮਮ ਕੁਆਲੀਫਿਕੇਸ਼ਨ ਜਿਹੜੀ +2 ਹੋਣੀ ਚਾਹੀਦੀ ਆ, ਪਰਸੂ ਕਰ ਰਹੇ ਹੋ, ਕਦੇ ਨਾ ਕਦੇ ਤਾਂ ਕੰਪਲੀਟ ਹੋਣੀ ਹੈ ਨਾ ਤੁਹਾਡੀ ਗ੍ਰੈਜੂਏਸ਼ਨ, ਅਤੇ ਇਸ ਕਰਕੇ +2 ਵਾਲੇ ਹੀ ਕੈਂਡੀਡੇਟ ਅਪਲਾਈ ਕਰ ਸਕਦੇ ਆ ਜੀ। ਕਿਉਂਕਿ ਉਹ ਤੁਹਾਨੂੰ ਮੈਂ ਦੱਸਦਾ ਕਿ ਸੈਲਰੀ ਕਿੰਨੀ ਹੈ ਜੀ। ਸੈਲਰੀ ਦੇਖੋ, ਗਰੁੱਪ D ਦੀ ਪੰਜਾਬ ਸਰਕਾਰ ਦੀ ਜਿਹੜੀ ਸੈਲਰੀ ਹੈ 18,000 ਰੁਪਏ ਪਰ ਮੰਥ ਦੇ ਹਿਸਾਬ ਨਾਲ ਆ, ਠੀਕ ਹੈ ਜੀ। ਅਤੇ ਪੰਜਾਬ ਸਰਕਾਰ ਦੀ ਹੀ ਜਿਹੜੀ ਪੋਲਿਸੀ ਹਾਈ ਕੋਰਟ ਨੇ ਅਡੋਪਟ ਕੀਤੀ ਹੋਈ ਆ, ਅਤੇ ਉਹਦੇ ਅਕੋਰਡਿੰਗ ਹੀ ਤੁਹਾਨੂੰ ਸੈਲਰੀ ਜਿਹੜੀ ਉਹ 'ਚ ਮਿਲਣੀ ਆ। ਸਰ ਜੀ, ਅਸੀਂ ਕਿੱਥੇ ਭਰ ਸਕਦੇ ਹਾਂ? ਔਨਲਾਈਨ ਭਰ ਸਕਦੇ ਹਾਂ ਜੀ ਪੋਸਟ। ਵੀਰ, ਮੈਂ 10th 12th ਕੀਤੀ, 8th ਨਹੀਂ ਕੀਤੀ, ਅਪਲਾਈ ਕਰ ਸਕਦਾ? ਬਿਲਕੁਲ ਕਰ ਸਕਦੇ ਹਾਂ ਜੀ। ਸਰ, ਪੇਪਰ ਕੰਪਿਊਟਰ ਬੇਸ ਹੋਏਗਾ? ਪੇਪਰ ਬਾਰੇ ਦੇਖੋ ਜੀ, ਹਾਲੇ ਕੁਛ ਨਹੀਂ ਦੱਸਿਆ, ਔਨਲਾਈਨ ਹੋਏਗਾ, ਆਫਲਾਈਨ ਹੋਏਗਾ, ਪੇਪਰ ਬਾਰੇ ਬਾਅਦ ਦੇ ਵਿੱਚ ਹੀ ਪਤਾ ਚੱਲੇਗਾ। ਬਟ ਇੰਨਾ ਕੁ ਜ਼ਰੂਰ ਹੈ ਕਿ ਔਨਲਾਈਨ ਹੋਣ ਦੇ ਘੱਟ ਚਾਂਸ ਆ, ਕਿਉਂਕਿ ਜੇ ਔਨਲਾਈਨ ਹੁੰਦਾ ਤਾਂ TCS ਨੇ TCS ਦੇ ਥਰੂ ਅਪਲਾਈ ਹੋਣਾ ਸੀ ਫਾਰਮ, ਕਿਉਂਕਿ TCS ਹੀ ਜਿਹੜੇ ਪੇਪਰ ਵਗੈਰਾ ਕਰਾਉਂਦੀ ਹੈ ਹਾਈ ਕੋਰਟ ਦੀਆਂ ਪੋਸਟਾਂ ਦੇ, ਅਤੇ TCS ਦੇ ਥਰੂ ਇਹ ਫਾਰਮ ਅਪਲਾਈ ਨਹੀਂ ਹੋ ਰਿਹਾ, ਇਸ ਕਰਕੇ ਹੋ ਸਕਦਾ ਪੇਪਰ ਤੁਹਾਡਾ ਆਫਲਾਈਨ ਹੋਵੇ। ਭਾਅ ਜੀ, ਸੈਲਰੀ ਕਿੰਨੀ ਮਿਲੂ? ਸੈਲਰੀ ਦਾ ਦੱਸਤਾ ਜੀ,
ਗਰਲ ਵੀ ਭਰ ਸਕਦੇ ਆ, ਬਿਲਕੁਲ ਜੀ ਬਿਲਕੁਲ, ਕੁੜੀਆਂ ਵੀ ਭਰ ਸਕਦੀਆਂ ਪੋਸਟ, ਕੋਈ ਦਿੱਕਤ ਨਹੀਂ ਹੈਗੀ। ਐਗਜ਼ਾਮ ਦੀ ਤਿਆਰੀ ਕਿੱਥੋਂ ਕਰ ਸਕਦੇ? ਐਗਜ਼ਾਮ ਦੀ ਤਿਆਰੀ ਲਈ ਜੀ ਬੁੱਕਸ ਤੋਂ ਕਰੋ, ਠੀਕ ਹੈ, ਬੈਟਰ ਹੈ ਕਿ ਬੁੱਕਸ ਤੋਂ ਕਰੋ, 6ਵੀਂ 7ਵੀਂ 8ਵੀਂ ਦੀਆਂ ਕਿਤਾਬਾਂ ਪੜ੍ਹੋ, ਕਿਉਂਕਿ ਉਹਨਾਂ ਕਿਤਾਬਾਂ ਦੇ ਵਿੱਚੋਂ ਹੀ ਆਉਂਦਾ। ਜੇ ਆਪਾਂ ਪਹਿਲਾਂ ਚੰਗੇ ਤਰੀਕੇ ਨਾਲ 10ਵੀਂ ਤੱਕ ਪੜ੍ਹੇ ਹੋਈਏ ਫਿਰ ਉਹਨਾਂ ਦੇ ਵਿੱਚੋਂ ਹੀ ਸਾਰਾ ਕੁਛ ਆਉਂਦਾ, ਠੀਕ ਹੈ, ਉਹਨਾਂ ਦੇ ਵਿੱਚੋਂ ਹੀ ਬਾਕੀ ਕਿਤਾਬਾਂ ਬਣਦੀਆਂ ਨੇ, ਬਾਕੀ ਕੁਸ਼ਚਨ ਬਣਦੇ ਆ। ਇਸ ਕਰਕੇ ਉਹਨਾਂ ਨੂੰ ਵਧੀਆ ਢੰਗ ਨਾਲ ਪੜ੍ਹ ਲਓ, ਜਿਹੜੇ ਜਿਹੜੇ ਮੇਨ ਸਬਜੈਕਟ ਆ 6ਵੀਂ 7ਵੀਂ 8ਵੀਂ ਦੇ। ਉਸ ਤੋਂ ਬਾਅਦ ਜੀ 22 ਜੀ ਇਹ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਜਾਂ ਫਿਰ ਪੰਜਾਬ ਗਵਰਨਮੈਂਟ ਦੀਆਂ। ਦੇਖੋ ਜੀ ਇਹ ਹਾਈ ਕੋਰਟ ਦੀਆਂ ਪੋਸਟਾਂ ਹੈਗੀਆਂ, ਅਤੇ ਹਾਈ ਕੋਰਟ ਦਾ ਜਿਹੜਾ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਆ ਆਪਣੇ ਇੰਪਲੋਈਜ਼ ਦੇ ਲਈ, ਵੱਖਰੇ ਰੂਲਸ ਐਂਡ ਰੈਗੂਲੇਸ਼ਨਸ ਆ। ਹਾਈ ਕੋਰਟ ਕੀ ਹੈ ਜੀ, ਅਡੋਪਟ ਕਰਦਾ, ਮੰਨ ਲਓ ਸਟੇਟ ਗਵਰਨਮੈਂਟ ਦੇ ਰੂਲਸ ਹੁੰਦੇ ਨੇ ਜਿਹੜੇ, ਤਾਂ ਇਹਨਾਂ ਨੇ ਅਡੋਪਟ ਕੀਤੇ ਹੋਏ ਪੰਜਾਬ ਸਰਕਾਰ ਦੇ ਜਿਹੜੇ ਰੂਲਸ ਹੈਗੇ ਆਪਣੇ ਮੁਲਾਜ਼ਮਾਂ ਲਈ, ਉਹ ਅਡੋਪਟ ਕੀਤੇ ਹੋਏ ਜੀ ਹਾਈ ਕੋਰਟ ਨੇ, ਠੀਕ ਹੈ। ਇਸ ਕਰਕੇ ਤੁਸੀਂ ਇਹਨਾਂ ਨੂੰ ਹਾਈ ਕੋਰਟ ਦੀਆਂ ਹੀ ਪੋਸਟਾਂ ਕਹਿ ਕੇ ਚੱਲਣਾ, ਕਿਉਂਕਿ ਹਾਈ ਕੋਰਟ ਦੇ ਹਿਸਾਬ ਨਾਲ ਹੀ ਇਹਦੇ 'ਚ ਸਾਰਾ ਅੱਗੇ ਜੋ ਵੀ ਪ੍ਰੋਸੀਜਰ ਹੋਣਾ। ਪੇਪਰ ਦਾ ਲੈਵਲ ਸਟੇਟ ਦਾ ਹੋਵੇਗਾ ਜਾਂ ਫਿਰ ਸੈਂਟਰ ਲੈਵਲ ਦਾ ਹੋਵੇਗਾ? ਸਟੇਟ ਲੈਵਲ ਦਾ ਹੀ ਹੋਵੇਗਾ ਜੀ ਸਾਰੇ। ਇਸ ਵਿੱਚ ਇੰਟਰਵਿਊ ਨਹੀਂ, ਇੰਟਰਵਿਊ ਕੋਈ ਨਹੀਂ ਹੈਗੀ ਜੀ। ਇਸ ਵਿੱਚ ਗਰਲਸ ਫੋਰਮ ਫਿਲ ਕਰ ਸਕਦੇ ਆ, ਬਿਲਕੁਲ ਕਰ ਸਕਦੇ ਆ ਜੀ। ਪਲੱਸ ਟੂ ਤੋਂ ਬਾਅਦ ਜਿੰਨਾ ਸਟੱਡੀ ਕੀਤੀ ਆ ਫੋਰਮ ਫਿਲ ਕਰਿਓ, ਫਿਰ ਰਿਜੈਕਟ ਹੋ ਜਾਊਗਾ ਫੀਸ ਵਾਲਾ। ਬਿਲਕੁਲ ਸਹੀ ਗੱਲ ਆ ਜੀ ਦੀਪ ਸਿੰਘ ਤੁਹਾਡੀ। ਇਸਕਾ ਐਗਜ਼ਾਮ ਔਨਲਾਈਨ ਔਫਲਾਈਨ ਕੈਸੇ ਹੋਤਾ ਹੈ? ਔਫਲਾਈਨ ਮੰਨ ਕੇ ਚੱਲੋ ਜੀ ਹਲੇ ਫਿਲਹਾਲ। ਸਰ ਜੀ ਜਾਂ ਪੰਜਾਬ ਵਿੱਚ ਹੀ ਮਿਲ ਜੂ? ਦੇਖੋ ਜੀ ਜੋਬ ਦਾ ਇਹ ਹਾਲੇ ਕਲੀਅਰ ਨਹੀਂ ਆ, ਵੈਸੇ ਮੰਨ ਕੇ ਚੱਲੋ ਕਿ ਹਾਈ ਕੋਰਟ ਦੀਆਂ ਪੋਸਟਾਂ, ਤਾਂ ਹਾਈ ਕੋਰਟ ਦੇ ਵਿੱਚ ਹੀ ਤੁਹਾਡੀ ਪੋਸਟਿੰਗ ਹੋਣੀ ਹੈ। ਹਾਈ ਕੋਰਟ ਆਪਣਾ ਚੰਡੀਗੜ੍ਹ ਹੈ ਜੀ, ਤਾਂ ਚੰਡੀਗੜ੍ਹ ਹੀ ਤੁਹਾਡੀ ਪੋਸਟਿੰਗ ਇਹਦੀ ਹੋ ਸਕਦੀ ਆ। ਉਸ ਹਿਸਾਬ ਨਾਲ ਤੁਹਾਨੂੰ ਸੈਲਰੀ ਵੀ ਵੱਧ ਮਿਲ ਸਕਦੀ ਹੈ ਜੇ ਚੰਡੀਗੜ੍ਹ ਪੋਸਟਿੰਗ ਹੋਣੀ ਹੈ, ਕਿਉਂਕਿ ਚੰਡੀਗੜ੍ਹ ਦੇ ਜਿਹੜੇ ਸੈਲਰੀ ਦੇ ਰੇਟ ਆ ਉਹ ਵੱਧ ਆ ਜੀ ਬਾਕੀ ਇੰਪਲੋਈਜ਼ ਨਾਲੋਂ, ਥੋੜ੍ਹੇ ਬਹੁਤਾ ਫਰਕ ਆ ਉਹਦੇ 'ਚ। ਸਰ EWS ਦੀ ਕੋਈ ਪੋਸਟ ਹੈ ਨਹੀਂ? ਹਾਂਜੀ ਤੁਸੀਂ ਜਨਰਲ 'ਚ ਅਪਲਾਈ ਕਰ ਦਿਓ ਜੀ। ਸੰਦੀਪ ਕੌਰ ਜੀ ਕਿਤਨੀ ਸੈਲਰੀ ਮਿਲੇਗੀ ਸਰ ਇਸ ਪੋਸਟ ਮੈਂ ਦੱਸਤਾ ਜੀ? ਸਰ ਫਿਜ਼ੀਕਲੀ ਹੈਂਡੀਕੈਪਡ OH ਕੈਟੇਗਰੀ ਐਲੀਜੀਬਲ ਹੈ, ਹਾਂਜੀ। ਜਨਰਲ ਵਾਲੇ ਵੈਸੇ ਵੀ PN ਨਹੀਂ ਲੱਗਦੇ, ਅਗਰ SC ਦੇ ਨੰਬਰ ਜਨਰਲ ਤੋਂ ਜ਼ਿਆਦਾ ਆਉਣਗੇ ਤਾਂ ਜਨਰਲ ਗਿਣਿਆ ਜਾਂਦਾ ਹੈ। ਬਿਲਕੁਲ ਜੀ ਬਿਲਕੁਲ ਗਿਣਿਆ ਜਾਂਦਾ। ਲਿੰਕ ਸੈਂਡ ਕਰਿਓ ਬ੍ਰਦਰ, ਗੂਗਲ 'ਤੇ ਸਰਚ ਕਰੋ ਜੀ ਹਾਈ ਕੋਰਟ CHD, ਠੀਕ ਹੈ, ਹਾਈ ਕੋਰਟ CHD ਔਨਲਾਈਨ ਫਾਰਮ, ਪਹਿਲੇ ਲਿੰਕ ਤੁਹਾਨੂੰ ਆ ਜਾਣਾ ਅਪਲਾਈ ਕਰਨ ਦਾ। ਏਜ 20-9-24 ਮਤਲਬ ਦੱਸਿਓ ਜੀ, ਇਹ ਤੁਸੀਂ ਜੀ ਏਜ ਕੈਲਕੂਲੇਟਰ 'ਤੇ ਕੈਲਕੂਲੇਟ ਕਰੋ, ਉੱਥੇ ਤੁਹਾਨੂੰ ਬਿਹਤਰ ਪਤਾ ਲੱਗ ਜਾਣਾ ਇਸ ਚੀਜ਼ ਦਾ, ਤੁਹਾਡੀ ਏਜ ਬਣਦੀ ਹੈ ਨਹੀਂ ਬਣਦੀ। ਏਜ 20-9-24, ਅੱਛਾ ਇਹਦਾ ਮਤਲਬ ਇਹ ਹੈ ਜੀ ਵੀ ਕੱਟ ਆਫ ਡੇਟ ਆ, ਠੀਕ ਹੈ, ਇਹਦੇ ਅਕੋਰਡਿੰਗ ਤੁਸੀਂ ਕੈਲਕੂਲੇਟ ਕਰਨੀ ਹੈ ਆਪਣੀ ਡੇਟ ਆਫ ਬਰਥ ਤੋਂ ਲੈ ਕੇ ਇਸ ਡੇਟ ਤੱਕ ਕੈਲਕੂਲੇਟ ਕਰ ਲਓ ਕਿੰਨੇ ਸਾਲ ਕਿੰਨੇ ਮਹੀਨੇ ਬਣਦੇ ਤੁਹਾਡੀ ਏਜ ਦੇ। PN ਦੀ ਜੋਬ ਲਈ ਰੇਸ ਦਾ ਕੀ ਕੰਮ? ਬਿਲਕੁਲ ਜੀ ਬਿਲਕੁਲ, ਵੀ ਪਹਿਲੀ ਵਾਰੀ ਹੋਇਆ ਵੀ ਰੇਸ ਦਾ ਕੰਮ। CCDO ਵੈਕੈਂਸੀਜ਼ ਆਉਣਗੀਆਂ, PSS ਵੀ ਆਈਆਂ ਹੋਈਆਂ ਜੀ, CCDO ਦੀਆਂ ਆਲਰੇਡੀ ਆਈਆਂ ਹੋਈਆਂ। ਅਤੇ ਗ੍ਰੈਜੂਏਸ਼ਨ ਵਾਲੇ ਅਪਲਾਈ ਨਹੀਂ ਕਰ ਸਕਦੇ? ਨਹੀਂ ਜੀ ਨਹੀਂ, ਗ੍ਰੈਜੂਏਸ਼ਨ ਵਾਲੇ ਨਹੀਂ ਅਪਲਾਈ ਕਰ ਸਕਦੇ। 35+ 8 ਮੰਥਸ ਏਜ ਅਪਲਾਈ ਕਰ ਸਕਦਾ? ਨਹੀਂ ਜੀ ਅਪਲਾਈ ਨਹੀਂ ਕਰ ਸਕਦੇ। ਸਾਰੇ ਪੋਸਟ ਗ੍ਰੈਜੂਏਸ਼ਨ ਵਾਲੇ ਨੋ ਜੀ, ਗ੍ਰੈਜੂਏਸ਼ਨ ਵਾਲੇ ਫਿਲ ਨਹੀਂ ਕਰ ਸਕਦੇ। ਸੈਲਰੀ ਕਿੰਨੀ ਹੈ ਜੀ? ਸੈਲਰੀ ਦੱਸਤਾ ਜੀ ਵੀਰ ਜੀ। ਹੈਂਡੀਕੈਪਡ ਬੋਏ ਕਿਹੜਾ ਰੇਸ ਲਗਾਉਣਗੇ ਦੱਸੋ? ਦੇਖੋ ਜੀ ਹੈਂਡੀਕੈਪਡ ਦੀ ਰੇਸ ਨਹੀਂ ਹੈਗੀ, ਇਸ ਚੀਜ਼ ਦਾ ਵੀ ਧਿਆਨ ਰੱਖਿਓ, ਠੀਕ ਹੈ। ਜਿਹੜੇ ਨੋਰਮਲ ਕੈਂਡੀਡੇਟਸ ਆ ਉਹਨਾਂ ਦੀ ਰੇਸ ਹੋਊ, ਹੈਂਡੀਕੈਪਡ ਦੀ ਰੇਸ ਨਹੀਂ ਹੋਏਗੀ। ਇਸਵੇਂ ਫਸਟ ਸੈਲਰੀ ਕਿਤਨੀ ਮਿਲੇਗੀ ਦੱਸਤਾ ਜੀ ਸੈਲਰੀ ਬਾਰੇ? ਬਰੋ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਆ। ਨਹੀਂ ਜੀ ਤੁਸੀਂ ਨਹੀਂ ਅਪਲਾਈ ਕਰ ਸਕਦੇ ਪੋਸਟ ਗ੍ਰੈਜੂਏਸ਼ਨ ਤੁਸੀਂ ਕੀਤੀ ਆ। ਅਤੇ ਮੇਨ ਮੇਨ ਮੈਂ ਸਾਰੇ ਜਵਾਬ ਦੇ ਦਿੱਤੇ ਆ। ਇਸਮੇਂ ਪ੍ਰਮੋਸ਼ਨ ਹੋ ਸਕਦੀ ਹੈ? ਬਿਲਕੁਲ ਜੀ ਪ੍ਰਮੋਸ਼ਨ ਵੀ ਹੋਏਗੀ, ਠੀਕ ਹੈ। ਮੇਨ ਮੇਨ ਸਾਰੀ ਮੈਂ ਕਮੈਂਟਸ ਦਾ ਜਵਾਬ ਦੇ ਦਿੱਤਾ।
ਬਾਕੀ ਕੋਈ ਹੋਰ ਵੀ ਡਾਊਟ ਆ ਤੁਹਾਡਾ ਇਸ ਵੀਡੀਓ ਦੇ ਨੀਚੇ ਜਿਹੜੀ ਹੁਣੇ ਬਣਾ ਰਹੇ ਆਪਾਂ ਇਹਦੇ ਨੀਚੇ ਕਮੈਂਟ ਕਰਕੇ ਪੁੱਛ ਸਕਦੇ ਹੋ। ਅਤੇ ਹੁਣ ਜੇ ਗੱਲ ਕਰੀਏ ਸੈਲਰੀ ਵਾਲੇ ਇਸ਼ੂ ਦੀ, ਕੁਆਲੀਫਿਕੇਸ਼ਨ ਵਾਲੇ ਇਸ਼ੂ ਦੀ, ਤਾਂ ਕੁਆਲੀਫਿਕੇਸ਼ਨ ਇਹਨਾਂ ਨੇ ਜਦੋਂ ਇੱਥੇ ਲਿਖਤਾ ਦੋਸਤੋ ਕਿ ਜਿਹੜੀ ਤੁਹਾਡੀ ਮੈਕਸੀਮਮ ਕੁਆਲੀਫਿਕੇਸ਼ਨ ਆ ਉਹ ਤੁਹਾਡੀ ਪਲੱਸ ਟੂ ਹੋਣੀ ਚਾਹੀਦੀ ਹੈ, ਠੀਕ ਹੈ। ਮੈਕਸੀਮਮ ਜਦੋਂ ਪਲੱਸ ਟੂ ਹੈ ਤਾਂ ਪਲੱਸ ਟੂ ਬਾਅਦ ਤੁਸੀਂ ਚਾਹੇ ਡਿਪਲੋਮਾ ਕੀਤਾ ਜਾਂ ਕੋਈ ਡਿਗਰੀ ਕੀਤੀ ਆ ਤਾਂ ਤੁਸੀਂ ਐਲੀਜੀਬਲ ਨਹੀਂ ਹੈਗੇ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੁਣ ਜੇ ਗੱਲ ਕਰੀਏ ਤੁਹਾਡੇ ਕੋਲੋਂ ਕੀ ਲੈਣਗੇ, ਠੀਕ ਹੈ ਜੀ, ਤਾਂ ਇਹਨਾਂ ਨੇ ਇੱਕ ਤੁਹਾਡੇ ਕੋਲੋਂ ਐਫੀਡੈਵਿਟ ਲੈਣਾ, ਅੰਡਰਟੇਕਿੰਗ ਲੈਣੀ ਆ, ਜੇ ਤੁਹਾਡਾ ਪੇਪਰ ਕਲੀਅਰ ਹੋ ਜਾਂਦਾ, ਠੀਕ ਹੈ। ਪੇਪਰ ਕਲੀਅਰ ਹੋਣ ਤੋਂ ਬਾਅਦ ਜਦੋਂ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ, ਡਾਕੂਮੈਂਟ ਚੈਕਿੰਗ ਹੋਣੀ ਆ, ਤਾਂ ਉੱਥੇ ਤੁਹਾਡੇ ਤੋਂ ਇੱਕ ਐਫੀਡੈਵਿਟ ਲਿਆ ਜਾਣਾ, ਅੰਡਰਟੇਕਿੰਗ ਲਈ ਜਾਣੀ ਆ, ਤਾਂ ਉਹ ਐਫੀਡੈਵਿਟ ਦੇ ਵਿੱਚ ਤੁਹਾਡੇ ਤੋਂ ਲਿਖਤੀ 'ਚ ਲਿਆ ਜਾਣਾ ਵੀ ਮੈਂ ਪਲੱਸ ਟੂ ਤੋਂ ਬਾਅਦ ਜਿਹੜਾ ਕੁਛ ਹੋਰ ਨਹੀਂ ਕੀਤਾ, ਮੇਰੀ ਕੁਆਲੀਫਿਕੇਸ਼ਨ ਮੋਰ ਦੈਨ ਪਲੱਸ ਟੂ ਨਹੀਂ ਹੈਗੀ, ਠੀਕ ਹੈ, ਪਲੱਸ ਟੂ ਤੱਕ ਹੀ ਮੇਰੀ ਕੁਆਲੀਫਿਕੇਸ਼ਨ ਆ। ਅਤੇ ਜੇਕਰ ਕੋਈ ਐਸਾ ਮਾਮਲਾ ਪਾਇਆ ਜਾਂਦਾ ਇਨ ਕੇਸ ਆਫ ਕੰਸੀਲਮੈਂਟ ਰਿਗਾਰਡਿੰਗ ਅਬਾਊਟ ਫੈਕਟ ਬਾਈ ਐਨੀ ਕੈਂਡੀਡੇਟ, ਹੀ ਸ਼ੈਲ ਬੀ ਲਾਇਬਲ ਫੋਰ ਕ੍ਰਿਮੀਨਲ ਐਕਸ਼ਨ, ਠੀਕ ਹੈ, ਤਾਂ ਉਹਦੇ ਖਿਲਾਫ਼ ਕ੍ਰਿਮੀਨਲ ਐਕਸ਼ਨ ਲਿਆ ਜਾਏਗਾ ਜੋ ਵੀ ਹਾਈ ਕੋਰਟ ਦੀਆਂ ਹਦਾਇਤਾਂ ਹੋਣਗੀਆਂ ਉਹਦੇ ਅਨੁਸਾਰ, ਐਂਡ ਫੋਰ ਟਰਮੀਨੇਸ਼ਨ ਫਰੋਮ ਸਰਵਿਸ, ਠੀਕ ਹੈ, ਅਤੇ ਉਹਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਏਗਾ, ਨੌਕਰੀ ਤੋਂ ਕੱਢ ਦਿੱਤਾ ਜਾਏਗਾ ਇਫ ਹੀ ਸ਼ੀ ਗੈਟਸ ਫਾਈਨਲੀ ਸਿਲੈਕਟਡ, ਠੀਕ ਹੈ ਜੀ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ। ਦੇਖੋ ਹੁਣ ਇਹਦਾ ਚੱਕਰ ਇਹ ਹੁੰਦਾ, ਹੁਣ ਮੰਨ ਲਓ ਕਈ ਮੇਰੇ ਵਰਗੇ ਸਿਆਣੇ ਹੁੰਦੇ ਆ, ਉਹ ਕੀ ਕਰਦੇ ਆ ਜੀ, ਉਹ ਕਹਿਣਗੇ ਵੀ ਹਾਈ ਕੋਰਟ ਨੂੰ ਕਿਹੜਾ ਪਤਾ ਲੱਗਣਾ, ਆਪਾਂ ਅਪਲਾਈ ਕਰ ਦਿੰਦੇ ਹਾਂ, ਠੀਕ ਆ। ਚਾਹੇ ਕਿਸੇ ਨੇ ਐਮ ਏ ਵੀ ਕਰੀ ਹੋਊਗੀ, ਉਹ ਕਹਿਣਗੇ ਯਾਰ ਇੰਨਾ ਕਿਹੜਾ ਪਤਾ ਲੱਗਦਾ, ਅਪਲਾਈ ਕਰਕੇ ਆਪਾਂ ਐਫੀਡੈਵਿਟ ਦੇ ਦਾਂਗੇ, ਠੀਕ ਹੈ। ਮੰਨ ਲਓ ਅਪਲਾਈ ਕਰਤਾ, ਤੁਸੀਂ ਜੋਬ ਲੱਗ ਗਏ, ਠੀਕ ਹੈ, ਕੋਈ ਕਿਸੇ ਨੇ ਤੁਹਾਡੀ ਸ਼ਿਕਾਇਤ ਕਰਤੀ, ਜਦੋਂ ਤੁਹਾਡੀ ਸ਼ਿਕਾਇਤ ਹੋ ਗਈ, ਠੀਕ ਹੈ, ਤਾਂ ਹਾਈ ਕੋਰਟ ਤੁਹਾਡੇ ਡਾਕੂਮੈਂਟ ਚੈੱਕ ਕਰਾਏਗਾ, ਠੀਕ ਹੈ। ਕੋਈ ਹਾਈ ਕੋਰਟ ਨੂੰ ਕੋਈ ਔਖੀ ਚੀਜ਼ ਨਹੀਂ ਹੈਗੀ ਵੀ ਤੁਹਾਡੀ ਡਿਟੇਲ ਚੈੱਕ ਕਰਾਉਣੀ ਕਿ ਤੁਸੀਂ ਗ੍ਰੈਜੂਏਸ਼ਨ ਕਿੱਥੋਂ ਕੀਤੀ ਹੈ, ਠੀਕ ਹੈ, ਪੋਸਟ ਗ੍ਰੈਜੂਏਸ਼ਨ ਕਿੱਥੋਂ ਕੀਤੀ ਹੈ। ਬੜੇ ਘੱਟ ਟਾਈਮ 'ਚ ਹਾਈ ਕੋਰਟ ਤੱਕ ਇਹ ਜਾਣਕਾਰੀ ਪਹੁੰਚ ਜਾਣੀ ਆ। ਅਤੇ ਜੇਕਰ ਤੁਹਾਡਾ ਬਾਅਦ ਦੇ ਵਿੱਚ ਪਤਾ ਚੱਲਦਾ, ਮੰਨ ਲਓ ਤੁਸੀਂ 5 ਸਾਲ ਜੋਬ ਕਰ ਲਈ, 5 ਸਾਲ ਬਾਅਦ ਕਿਸੇ ਨੇ ਸ਼ਿਕਾਇਤ ਕਰਤੀ, ਤਾਂ ਉੱਥੇ ਫਿਰ ਤੁਹਾਡੀ ਨਾਲੇ ਕ੍ਰਿਮੀਨਲ ਐਕਸ਼ਨ ਹੋਏਗਾ, ਨਾਲੇ ਤੁਹਾਡੀ ਟਰਮੀਨੇਸ਼ਨ ਹੋ ਜਾਏਗੀ ਸਰਵਿਸ ਤੋਂ। ਇਸ ਚੀਜ਼ ਦਾ ਇਹ ਨੁਕਸਾਨ ਹੁੰਦੇ ਆ, ਠੀਕ ਹੈ ਜੀ। ਵੈਸੇ ਇਹ ਆ ਵੀ ਆਪਾਂ ਨੂੰ ਅਕੋਰਡਿੰਗ ਟੂ ਰੂਲਸ ਹੀ ਚੱਲਣਾ ਚਾਹੀਦਾ, ਜਿਹੜਾ ਹੁਣ ਉੱਥੇ ਲਿਖਤਾ ਉਹਦੇ ਅਕੋਰਡਿੰਗ ਹੀ ਅਪਲਾਈ ਕਰੋ। ਜਿਹਦੀ ਨਹੀਂ ਐਲੀਜੀਬਿਲਟੀ ਆ ਰਹੀ ਉਹ ਪੰਜਾਬ ਵਾਲੀ ਗਰੁੱਪ ਡੀ 'ਚ ਅਪਲਾਈ ਕਰ ਦਿਓ, ਹੋਰ 'ਚ ਅਪਲਾਈ ਕਰ ਦਿਓ, ਕਲਰਕ ਦੀਆਂ ਆ ਰਹੀਆਂ, ਹੋਰ ਆ ਰਹੀਆਂ, ਠੀਕ ਹੈ। ਤਾਂ ਜੋ ਵੀ ਰੂਲਸ ਆ ਉਹਦੇ ਅਕੋਰਡਿੰਗ ਚੱਲੋ। ਅਤੇ ਬਾਕੀ ਕੋਈ ਡਾਊਟ ਹੈ, ਕੋਈ ਤੁਹਾਡੇ ਸੁਝਾਅ ਨੇ ਇਹਦੇ ਪ੍ਰਤੀ, ਤਾਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਅਤੇ ਬਾਕੀ ਅਪਡੇਟਸ ਜਾਣਾ ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।